ਦੇ ਆਪਣੇ ਵਿਚਲੇ ਭਰਾ ਮਿਲ ਗਏ ਆ ਜੀ ਮਤਲਬ ਉਹ ਜਿਵੇਂ ਹੁੰਦਾ ਹੈ ਨਾ ਕਿ ਲਿਵਿੰਗ ਦ ਮੂਮੈਂਟ ਉਹ ਹੈ ਵੀ ਅਸੀਂ ਇਮੋਸ਼ਨਲ ਹੈ ਕੁਛ ਜਿੱਥੇ ਰੁਕਦੇ ਹਾਂ ਤਾਂ ਉਹ ਜ਼ਿਲ੍ਹਾ ਪੁੱਛਦੇ ਆ ਲੋਕ ਮਿਲਣ ਆਉਂਦੇ ਆ ਮੈਨੂੰ ਨਹੀਂ ਲੱਗਦਾ ਕਿਸੇ ਪੰਜਾਬੀ ਦੇ ਲਈ ਐਕਸਪੀਰੀਅੰਸ ਦੁਨੀਆਂ 'ਚ ਹੋਰ ਕਿਤੇ ਵੀ ਹੁੰਦਾ ਹੋਊਗਾ ਮੈਨੂੰ ਕਈ ਜਾਣਿਆਂ ਨੇ ਮੈਸੇਜ ਭੇਜਿਆ ਕਿ ਤੁਸੀਂ ਅੱਜ ਜੰਮਣਾ ਅਤੇ ਸਾਡੇ ਅਖਾਣ ਬਹੁਤ ਮਸ਼ਹੂਰ ਆ ਕਿਉਂਕਿ ਅਸੀਂ ਲਾਹੌਰ ਤੋਂ ਦੂਰ ਬੈਠੇ ਹਾਂ ਅਤੇ ਤਾਂ ਉੱਥੇ ਕਿਹਾ ਜਾਂਦਾ ਹੈ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਤੇ ਉਹ ਜੰਮੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਹੈਲਪ ਕੀਤੀ ਆ ਔਰ ਸਾਰਾ ਸਮਾਨ ਜਿਹੜਾ ਆ ਉਹ ਖਰੀਦਿਆ ਆ ਇਹ ਮੈਂ ਆਪਣੀ ਛੋਟੀ ਬੇਟੀ ਹੈ ਜੀ ਮੇਰੀ 2.5 ਸਾਲ ਦੀ ਤੇ ਕੁਛ ਛੋਟੇ ਪਰਸ ਆ ਆਪਣੀ ਵਾਈਫ ਦੇ ਲਈ ਔਰ ਮੈਂ ਇੱਦਾਂ ਦੀ ਸ਼ੋਪਿੰਗ ਪਹਿਲੀ ਵਾਰ ਕੀਤੀ ਹੈ ਜੀ ਨਾਲ ਕਰੀ ਬਾਜ਼ਾਰ ਜਿਹੜਾ ਆ ਉਹ ਬਹੁਤ ਸਾਡੇ ਫੇਮਸ ਆ ਉੱਥੇ ਚੜਿਆ ਹੋਇਆ ਨਾਮ ਆ ਕਦੇ ਸੋਚਿਆ ਨੀ ਸੀ ਵੀ ਇੱਥੇ ਆਵਾਂਗੇ ਉਹ ਵੀ ਚਲੋ ਤੁਸੀਂ ਹੈਲਪ ਕੀਤੀ ਕਿਉਂਕਿ ਆਪਣੇ ਵਿਚਲੇ ਭਰਾ ਮਿਲ ਗਏ ਜੀ ਮਤਲਬ ਉਹ ਜਿਵੇਂ ਹੁੰਦਾ ਹੈ ਨਾ ਕਿ ਲਿਵਿੰਗ ਦ ਮੂਮੈਂਟ ਉਹ ਹੈ ਵੀ ਅਸੀਂ ਇਮੋਸ਼ਨਲ ਹੈ ਕੁਛ ਜਿੱਥੇ ਰੁਕਦੇ ਆ ਤਾਂ ਉਹ ਜ਼ਿਲ੍ਹਾ ਪੁੱਛਦੇ ਆ ਲੋਕ ਮਿਲਣ ਆਉਂਦੇ ਆ ਮੈਨੂੰ ਨਹੀਂ ਲੱਗਦਾ ਕਿਸੇ ਪੰਜਾਬੀ ਦੇ ਲਈ ਐਕਸਪੀਰੀਅੰਸ ਦੁਨੀਆਂ 'ਚ ਹੋਰ ਕਿਤੇ ਵੀ ਹੁੰਦਾ ਹੋਊਗਾ ਬਹੁਤ ਘੱਟ ਆ ਜੇ ਹੁੰਦਾ ਵੀ ਆ ਤਾਂ ਉਹ ਇੱਕ ਅੱਧਾ ਹੁੰਦਾ ਇੱਥੇ ਲਗਾਤਾਰ ਚੱਲਦਾ ਜੇ ਤੁਸੀਂ 10 ਘੰਟੇ ਬਾਹਰ ਹੋ ਤਾਂ ਤੁਹਾਨੂੰ ਹਰ ਕਦਮ 'ਤੇ ਹਰ ਇੱਕ ਮਿੰਟ 'ਤੇ ਕੋਈ ਨਾ ਕੋਈ ਮਿਲਦਾ ਆਪਣੀ ਗੱਡੀ ਰੋਕਦਾ ਬਾਹਰ ਆਉਂਦਾ ਪੁੱਛਦਾ ਆ ਤਾਂ ਮੈਨੂੰ ਲੱਗਦਾ ਕਿ ਹੁਣ ਮਹਿਸੂਸ ਹੁੰਦਾ ਵੀ ਉਹ ਕਿੱਡਾ ਵੱਡਾ ਝਟਕਾ ਸੀ 47 ਵਾਲਾ ਜਿਹਦੀ ਪੀੜ ਅੱਜ ਵੀ ਹੈਗੀ ਆ ਜੇ ਉਹ ਨਾ ਹੁੰਦਾ ਤਾਂ ਮੈਨੂੰ ਲੱਗਦਾ ਕਿ ਬਹੁਤ ਸੋਹਣਾ ਮਾਹੌਲ ਹੋਣਾ ਸੀ ਹੁਣ ਵੀ ਚਲੋ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੇ ਬਾਰਡਰ ਆ ਘੱਟੋ ਘੱਟ ਜਿਵੇਂ ਯੂਰੋਪੀਅਨ ਯੂਨੀਅਨ ਦੇ ਬਾਰਡਰ ਆ ਉਹ ਜਿਹਾ ਬਣ ਹੀ ਸਕਦੇ ਆ ਕੋਈ ਵੱਡੀ ਗੱਲ ਨਹੀਂ ਨਾ ਜੀ ਜਿਸ ਤਰ੍ਹਾਂ ਆਪਣਾ ਕਰਤਾਰਪੁਰ ਸਾਹਿਬ ਵਾਲਾ ਬੰਦਾ ਸਵੇਰੇ ਜਾਏ ਸ਼ਾਮ ਨੂੰ ਹਾਂਜੀ ਹਾਂਜੀ ਇੱਕ ਸ਼ੁਰੂਆਤ ਜ਼ਰੂਰ ਹੋਈ ਹੈ ਅਤੇ ਮੈਨੂੰ ਲੱਗਦਾ ਕਿ ਜੇ ਪੀਪਲ ਟੂ ਪੀਪਲ ਕੰਟੈਕਟ ਜੇ ਲੋਕ ਜਾਣਗੇ ਅਤੇ ਸਰਕਾਰਾਂ ਮੈਨੂੰ ਲੱਗਦਾ ਉਹਨਾਂ ਦੀ ਗੱਲ ਮੰਨਣਗੀਆਂ ਔਰ ਉਸ ਪਾਸੇ ਨੂੰ ਗੱਲ ਤੁਰੀ ਜ਼ਰੂਰ ਹੈ ਚਲੋ ਜੀ ਇਨਸ਼ਾਅੱਲਾ ਅੱਲਾਹ ਕਰੇ ਤੁਹਾਡੀ ਗੱਲ ਸੱਚੀ ਹੋ ਜਾਏ ਥੈਂਕ ਯੂ ਸੋ ਮਚ ਜੀ